ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੁਸੀਂ ਜਿਵੇਂ ਮੇਰੇ ਚੈਨਲ ਤੇ ਕਿਸਾਨਾਂ ਦੇ ਰਿਲੇਟਡ ਵੀਡੀਓ ਦੇਖਦੇ ਰਹਿੰਨੇ ਆ ਪਿਛਲੀ ਵੀ ਮੈਂ ਵੀਡੀਓ ਪਾਈ ਸੀਗੀ 27 34 ਵਰਾਈਟੀਆਂ ਬਾਰੇ ਕਿ ਉਹਨਾਂ ਚੋਂ ਕਿਹੜੀ ਵਧੀਆ ਹੈ ਅੱਜ ਤੁਹਾਨੂੰ ਜਿਹੜੀ ਮੇਨ ਗੱਲ ਦੱਸਣਾ ਕਿਉਂਕਿ ਹੁਣ ਪਨੀਰੀਆਂ ਬੀਜਣ ਦਾ ਰੁਝਾਨ ਚੱਲ ਰਿਹਾ ਝੋਨੇ ਦੀ ਪਨੀਰੀ ਬੀਜਣ ਸਮੇ ਜਿਹੜੀਆਂ ਆਪਾਂ ਸਾਵਧਾਨੀਆਂ ਵਰਤਣੀਆਂ ਦੇਖੋ ਜੀ ਝੋਨੇ ਦੀ ਪਨੀਰੀ ਤੋਂ ਬਣਾ ਝਾੜ ਡਿਪੈਂਡ ਹੁੰਦਾ ਝੋਨੇ ਦੀ ਪਨੀਰੀ ਤੋਂ ਹੀ ਆਪਣੀ ਜਿਹੜੀ ਝੋਨੇ ਦੀ ਫਸਲ ਸ਼ੁਰੂ ਹੋ ਜਾਂਦੀ ਹੈ ਜਿਨੇ ਇਹਦੇ ਵੱਲ ਧਿਆਨ ਨਾ ਦਿੱਤਾ ਤਾਂ ਉਹ ਝਾੜ ਵੀ ਨਹੀਂ ਲੈ ਸਕਦਾ ਸਿੱਧੀ ਗੱਲ ਤਾਂ ਇਹ ਜਿਹੜੇ ਕਿਸਾਨ ਆ ਜਿਹੜੇ ਝੋਨੇ ਦੀ ਪਨੀਰੀ ਬੀਜਣ ਆ ਉਹ ਬੇਲੇ ਸਾਵਧਾਨੀਆਂ ਵਰਤਣੇ ਜਿਨ੍ਹਾਂ ਨੇ ਉਹ ਵੀਡੀਓ ਧਿਆਨ ਨਾਲ ਦੇਖਣ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਦਾ ਨੁਕਸਾਨ ਹੋਣ ਤੋਂ ਵੀ ਬਚ ਸਕੇ ਠੀਕ ਹੈ ਜੀ ਸਭ ਤੋਂ ਪਹਿਲਾਂ ਕੀ ਕਰਨਾ ਕੀ ਆਪਾਂ ਜਿਹੜਾ ਸਹੀ ਬੀਜ ਦੀ ਚੋਣ ਕਰਨੀ ਆ ਜਿਵੇਂ ਮੈਂ ਤੁਹਾਨੂੰ ਪਿਛਲੀਆਂ ਵੀਡੀਓ ਚ ਵੀ ਦੱਸਿਆ ਹਨਾ ਕਿ ਤੁਸੀਂ ਕਿਹੜਾ ਬੀਜ ਬੀਜਣਾ ਆਪਣੇ ਜ਼ਮੀਨ ਦੇ ਹਿਸਾਬ ਨਾਲ ਜਾਂ ਆਪਣਾ ਤੁਹਾਡੇ ਪਿੱਛੇ ਤੁਹਾਡਾ ਕਿਹੜਾ ਝਾੜ ਵਧੀਆ ਰਿਹਾ ਜਾਂ ਤੁਸੀਂ ਲੋਕਾਂ ਤੋਂ رائے ਲੈਣੀ ਆ ਸਹੀ ਬੀਜ ਚੋਣ ਕਰ ਲਿਆ ਇੱਕ ਵਾਰ ਜਦ ਬੀਜ ਦਾ ਚੋਣ ਕਰ ਲਈ ਨਾ ਬਾਅਦ ਚੋਂ ਕਿਸੇ ਦਾ ਦੇਖਣਾ ਨਹੀਂ ਵੀ ਕਿਹੜਾ ਬੀਜ ਆ ਬਸ ਉਹਦੇ ਵੱਲ ਧਿਆਨ ਰੱਖਣਾ ਤੁਸੀਂ ਜਿਹੜਾ ਤੁਸੀਂ ਬੀਜ ਦੀ ਚੋਣ ਕਰ ਲਈ ਠੀਕ ਹੈ ਜੀ ਦੂਜੀ ਗੱਲ ਸਹੀ ਸਮਾਂ ਪਨੀਰੀ ਬੀਜਣ ਦਾ ਸਹੀ ਸਮੇਂ ਦੇ ਵਿੱਚ ਮੈਂ ਤਾਂ ਚਲੋ ਮੇਨ ਮੇਨ ਗੱਲਾਂ ਲਿਖੀਆਂ ਉਹ ਤੁਹਾਨੂੰ ਵੀਡੀਓ ਦੇ ਵਿੱਚ ਸਾਰੀਆਂ ਗੱਲਾਂ ਡਿਟੇਲ ਚ ਦੱਸੂਗਾ ਸਹੀ ਸਮੇਂ ਦੇ ਵਿੱਚ ਤੁਸੀਂ ਜਿਹੜਾ ਬੀਜ ਬਾਰੇ ਪਤਾ ਕਰਨਾ ਕਿ ਸਾਡਾ ਕਿੰਨਾ ਟਾਈਮ ਬੀਜ ਲਿੰਦਾ ਕਿ ਕਦੋਂ ਉਹਦਾ ਝਾੜ ਵੱਧ ਹੁੰਦਾ ਉਸ ਟਾਈਮ ਤੁਸੀਂ ਸਹੀ ਸਮਾਂ ਆਪਣਾ ਅਧਾਰਤ ਕਰ ਲੈਣਾ ਇਹ ਯਾਦ ਰੱਖਿਓ ਕਿ ਪਨੀਰੀ ਬੀਜਣ ਤੋਂ ਬਾਅਦ 25 ਅ 30 ਦਿਨ ਦਾ ਸਮਾਂ ਹੋਵੇ ਤਾਂ ਲਾਉਣ ਦਾ ਠੀਕ ਹੈ ਜੀ ਇਹਦੇ ਵਿੱਚ ਇਹ ਵੀ ਗੱਲ ਕਰਾਂਗੇ ਪਨੀਰੀ ਜਿਹੜਾ ਬੀਜਣ ਦਾ ਸਮਾਂ ਸ਼ਾਮ ਦਾ ਜਾਂ ਸਵੇਰ ਦਾ ਦੇਖੋ ਜੀ ਜਿਹੜਾ ਸਮਾਂ ਹੈ ਉਹ ਸ਼ਾਮ ਦਾ ਚਾਹੀਦਾ ਠੰਡਾ ਮੌਸਮ ਚਾਹੀਦਾ ਹਵਾ ਨਾ ਚਲਦੀ ਹੋਵੇ ਅਤੇ ਜਿਹੜਾ ਖੇਤ ਆ ਉਹ ਬਿਲਕੁਲ ਤੁਹਾਡਾ ਪਧਰਾ ਹੋਵੇ ਠੀਕ ਆ ਜੀ ਇਹ ਜ਼ਰੂਰੀ ਗੱਲਾਂ ਕਿਉਂਕਿ ਜੇ ਖੇਤ ਨਾ ਪਧਰਾ ਹੋਇਆ ਖੁੰਝੇ ਖਾਂਝੇ ਦੇਖੋ ਜੀ ਆਪਣੇ ਨੀਵੇਂ ਹੋਏ ਉੱਥੋਂ ਬੀਜ ਨਹੀਂ ਜੰਮਣਾ ਫਿਰ ਤੁਸੀਂ ਕਹਿਣਾ ਸਾਡਾ ਬੀਜ ਘਟ ਗਿਆ ਸ਼ਾਮ ਦਾ ਸਮਾਂ ਹਵਾ ਨਾ ਚਲਦੀ ਹੋਵੇ ਕਿਉਂਕਿ ਹਵਾ ਦੇ ਨਾਲ ਗੁੱਛੇ ਬਣ ਜਾਂਦੇ ਆ ਜਿਹੜਾ ਬੀਜ ਬਾਰੇ ਗੱਲ ਬੀਜ ਦੇਖੋ ਜੀ ਘੱਟ ਪੁੰਗਰਿਆ ਚਾਹੀਦਾ ਕਈ ਕਿਸਾਨ ਕਰਦੇ ਆ ਕਿ 2-2 3-3 ਦਿਨ ਬੀਜ ਨੂੰ ਦੇਖਦੇ ਹੀ ਨਹੀਂ ਬਹੁਤ ਪੁੰਗਰ ਜਾਂਦਾ ਬੀਜ ਉਹ ਗੁੱਛੇ ਬਣ ਜਾਂਦੇ ਆ ਫਿਰ ਉਹ ਜਿਆਦਾ ਛੱਟਾ ਲਾਉਂਦੇ ਆ ਛੱਟਾ ਲੱਗਦਾ ਨਹੀਂ ਚੱਜ ਨਾਲ ਬੀਜ ਬਸ ਪੁੰਗਰਿਆ ਸ਼ੁਰੂ ਹੀ ਹੋਣਾ ਚਾਹੀਦਾ ਤੁਸੀਂ ਛੱਟਾ ਲਾਉਣਾ ਜਦੋਂ ਜਿਹੜੀ ਬੀਜ ਦੀ ਮਾਤਰਾ ਏ ਉਹ 2.5 ਤੋਂ 3 ਕਿਲੋ ਮਰਲੇ ਦਾ ਬੀਜ ਪੈਣਾ ਜੀ ਠੀਕ ਆ ਜੀ 2.5 ਤੋਂ 3 ਕਿਲੋ ਇਹ ਤੋਂ ਜ਼ਿਆਦਾ ਬੀਜ ਨਾ ਪਾਓ ਫੇਰ ਕੋਈ ਫਾਇਦਾ ਨਹੀਂ ਠੀਕ ਆ ਜੀ ਪੁੰਗਰਿਆ ਘਟ ਚਾਹੀਦਾ 2.5 ਤੋਂ 3 ਕਿਲੋ ਜਿਹੜਾ ਮਰਲੇ ਦਾ ਬੀਜ ਪੈਣਾ ਬੀਜ ਵਧੀਆ ਤੰਦਰੁਸਤ ਬੀਜ ਚਾਹੀਦਾ ਹੈ ਜਿਹੜੀ 'ਚ ਖਾਸ ਗੱਲ ਧਿਆਨ ਦੇਣ ਵਾਲੀ ਆ ਕਈ ਆਪਣੇ ਵੀਰ ਭਰਾ ਬਰਸੀਮ ਵਾਲੀਆਂ ਜਗ੍ਹਾ ਹੁਣ ਖਾਲੀਆਂ ਹੋ ਜਾਂਦੀਆਂ ਕਿ ਉਹਦੇ 'ਚ ਥੱਲੇ ਵੀ ਆਪਾਂ ਬਾਈਏ ਉਹਨੂੰ ਉਹਨੂੰ ਬੀਜਦੀ ਹੈ ਨਾ ਪਰ ਇਹ ਗੱਲ ਧਿਆਨ ਰੱਖਿਓ ਕਿ ਬਰਸੀਨ ਵਾਲੀ ਜਗ੍ਹਾ ਤੁਸੀਂ ਘਟ ਤੋਂ ਘਟ ਵਰਤੋ ਕਿਉਂਕਿ ਉਲੀ ਰੋਗ ਵੱਧ ਹੁੰਦੇ ਚਾਂਸ ਸੂੰਡੀ ਹੁੰਦੀ ਆ ਬਰਸੀਲ ਨੂੰ ਨੀਮਾ ਟੋੜ ਜਾਂਦਾ ਆਉਣ ਦੀ ਸ਼ਿਕਾਇਤ ਆ ਤੁਸੀਂ ਕਣਕ ਵਾਲੀ ਜਗ੍ਹਾ ਹੀ ਵਰਤੋ ਠੀਕ ਹੈ ਜੀ ਪਾਣੀ ਬੀਜਣ ਸਮੇ ਖੇਤ ਚ ਫੁੱਲ ਪਾਣੀ ਖੜਾ ਹੋਣਾ ਚਾਹੀਦਾ ਐਨ ਪੂਰਾ ਵਧੀਆ ਕਈ ਕਈ ਵੀਰ ਕਿਆ ਕਰਦੇ ਆ ਵੀ ਐਨ ਪਧਰਾ ਖੇਤ ਆ ਪਾਣੀ ਭਰੇ ਆ ਛੱਟਾ ਲਾਤਾ ਉਹ ਗਲਤ ਆ ਤੁਹਾਡਾ ਪਨੀਰੀ ਦਾ ਜਿਹੜਾ ਉੰਗਰਾ ਘਟ ਜਾਣਾ ਪਾਣੀ ਨੂੰ ਗੰਧਲਾ जरूर ਕਰੋ ਪਾਣੀ ਨੂੰ ਗੰਧਲਾ ਕਰਨ ਲਈ ਆਪਣੇ ਹੱਥ ਆਲਾ ਸੁਹਾਗਾ ਮਾਰੋ ਜਾਂ ਕੋਈ ਝੰਗ ਜਾਂ ਟਾਣੀ ਮਾਰ ਦੋ ਵੀ ਪਾਣੀ ਗੰਦਾ ਹੋ ਜਾਵੇ ਮਿੱਟੀ ਆ ਜਾਵੇ ਉੱਪਰ ਤਾਂ ਜੋ ਜਿਹੜਾ ਤੁਹਾਡਾ ਬੀਜ ਆ ਉਹ ਮਿੱਟੀ ਦੇ ਵਿੱਚ ਰਲ ਜਵੇ ਐਨ ਵਧੀਆ ਜੜ ਜਵੇ ਕਿਉਂਕਿ ਜੇ ਅਗਲੇ ਦਿਨ ਤੁਸੀਂ ਪਾਣੀ ਲਾਉਂਗੇ ਤਾਂ ਉਹ ਇਕੱਠਾ ਨਾ ਹੋਵੇ ਜੇ ਤੁਸੀਂ ਉੱਪਰੇ ਉੱਪਰ ਬੀਜ ਰੱਖਦਾ ਨਾ ਅਗਲੇ ਦਿਨ ਤੁਸੀਂ ਪਾਣੀ ਲਾਉਣਾ ਸਾਰਾ ਬੀਜ ਪਿਛਲੀ ਵੱਟ ਨਾ ਲੱਗਿਆ ਹੁਣ ਠੀਕ ਹੈ ਜੀ ਇਹ ਗੱਲਾਂ ਹੋ ਗਈਆਂ ਖਾਸ ਧਿਆਨ ਜਿਹੜੀ ਕੱਖਾਂ ਵਾਲੀ ਦਵਾਈ ਆ ਸਭ ਤੋਂ ਵੱਧ ਜਿਹੜੀ ਪ੍ਰੋਬਲਮ ਕੱਖਾਂ ਦੀ ਆਉਂਦੀ ਹੈ ਜੇ ਤੁਹਾਡੀ ਪਨੀਰੀ ਚ ਕੱਖ ਆ ਤਾਂ ਭਈਆਂ ਦੇ ਵੀ ਤੁਹਾਡੀ ਖੇਤਾਂ ਚ ਪੱਟ ਕੇ ਲਾਉਣਾ ਉਹ ਤੁਹਾਨੂੰ ਕੱਖਾਂ ਦਾ ਜਿਹੜਾ ਸਾਰੀ ਖਰਾਕ ਆ ਉਹ ਕੱਖਾਂ ਨੇ ਖਾਣੀ ਆ ਪਨੀਰੀ ਦੀਆਂ ਨੇ ਸਭ ਤੋਂ ਵੱਧ ਜਿਹੜੀ ਇਹ ਲੋਕ ਲਾਪਰਵਾਹੀ ਕਰਦੇ ਆ ਕੱਖਾਂ ਵਾਲੀ ਦਵਾਈ ਨਹੀਂ ਪਾਉਂਦੇ ਭਈਏ ਪੱਟ ਪੱਟ ਕੇ ਵਿੱਚ ਲਾਈ ਜਾਂਦੇ ਫਿਰ ਬੰਦੇ ਲਾ ਕੇ ਕਢਾਈ ਜਾਂਦੇ ਆਪਾਂ ਕੱਖਾਂ ਵਾਲੀ ਦਵਾਈ ਤੁਸੀਂ ਪਾਉਣੀ ਆ ਇਰੇਜ ਐਨ ਠੀਕ ਆ ਜੀ ਉਹ ਤੁਹਾਨੂੰ ਮੈਂ ਸਾਈਡ ਤੇ ਫੋਟੋ ਵੀ ਸ਼ੋਅ ਕਰ ਦਿੰਨਾ ਕਿਹੜੀ ਆ ਸਭ ਤੋਂ ਵਧੀਆ ਦਵਾਈ ਸਪੈਸ਼ਲ ਪਨੀਰੀ ਲਈ ਵੀ ਬਣਾਈ ਗਈ ਆ ਇਹ ਜਦੋਂ ਤੁਸੀਂ ਪਨੀਰ ਬੀਜਤੀ ਅਗਲੇ ਦਿਨ ਤੁਸੀਂ ਪਾਣੀ ਭਰਨਾ 24 ਘੰਟੇ ਬਾਅਦ ਤਾਂ ਰੇਤੇ 'ਚ ਰਲਾ ਕੇ ਜਾਂ ਪਾਣੀ ਬੋਤਲ 'ਚ ਪਾ ਕੇ ਇਹਦਾ ਛੱਟਾ ਦੇ ਦੇਣਾ ਠੀਕ ਆ ਜੀ ਕਿੰਨੀ ਮਾਤਰਾ ਪਾਉਣੀ ਹੈ ਤੁਹਾਨੂੰ ਦਵਾਈਆਂ ਵਾਲਾ ਆਪੇ ਦੱਸ ਦੋ ਤੁਸੀਂ ਇਰੇਜ ਇਹਨਾਂ ਲੈਣੀ ਹੈ ਹੋਰ ਜਿਹੜਾ ਮਰਜ਼ੀ ਕਹੀ ਜਾਵੇ ਆ ਪਾ ਦਿਓ ਆ ਪਾ ਦਿਓ ਕੋਈ ਫਾਇਦਾ ਨਹੀਂ ਪਨੀਰੀ ਰੋਕ ਦੂਗਾ ਤੁਹਾਡੀ ਮੈਂ ਕਹਿੰਦਾ ਕੱਖ ਦਾ ਇੱਕ ਡੱਕਾ ਵੀ ਨਹੀਂ ਹੋਊਗਾ ਗਾਰੰਟੀ ਹੈ ਇਹ ਜਿਹੜੀਆਂ ਖਾਸ ਗੱਲਾਂ ਠੀਕ ਹੈ ਜੀ ਹੁਣ ਜਿਹੜੇ ਖਾਸ ਧਿਆਨ ਪਨੀਰੀ ਤੁਸੀਂ ਬੀਜਤੀ ਵਧੀਆ ਬੀਜ ਬੀਜ ਤਾਂ ਸਾਰਾ ਕੁਝ ਓਕੇ ਹੋ ਗਿਆ ਇਹ ਤਾਂ ਬਾਅਦ ਖਾਸ ਧਿਆਨ ਦੇਣ ਵਾਲੀ ਗੱਲ ਹੈ ਆਪਣੇ ਵੀਰ ਪਤਾ ਕਰਦੇ ਆ ਸਵੇਰ ਨੂੰ ਪਾਣੀ ਦੇ ਦੇਣਾ ਜਾ ਕੇ ਚਲੋ ਜੀ ਪਾਣੀ ਦੇ ਦਿੱਤਾ ਸਾਰੀ ਦਿਹਾੜੀ ਪਾਣੀ ਨੂੰ ਅੱਗ ਲੱਗੀ ਜਾਨੀ ਰੜੀ ਜਾਣਾ ਉਹਨੇ ਜਿਹੜਾ ਪਨੀਰੀ ਨੇ ਅੰਗੂਰ ਮਾਰਿਆ ਫੂਕ ਦੇਣਾ ਇਸ ਲਈ ਖਾਸ ਗੱਲ ਧਿਆਨ ਰੋਜ਼ ਸ਼ਾਮ ਨੂੰ ਪਾਣੀ ਦੇਣਾ ਪਨੀਰੀ ਨੂੰ ਨਾ ਕਿ ਦਿਨ ਨੂੰ ਸ਼ਾਮ ਨੂੰ ਇਹ ਹੋਊਗਾ ਪਨੀਰੀ ਨੂੰ ਪਾਣੀ ਦਿੱਤਾ ਸਾਰੀ ਰਾਤ ਪਾਣੀ ਉਹਨੇ ਜੀਰ ਜਾਣਾ ਸਵੇਰ ਨੂੰ ਫੇਰ ਪਨੀਰੀ ਉਵੇਂ ਦੀ ਸਾਫ਼ ਕਰ ਲਈ ਜਿਨ੍ਹਾਂ ਦੇ ਪਾਣੀ ਨਹੀਂ ਸੁੱਕਦਾ ਪਾਣੀ ਪਾਣੀ ਦਾ ਨਿਕਾਸ ਚਾਹੀਦਾ ਤਿੰਨ ਚਾਰ ਘੰਟੇ ਪਾਣੀ ਖੜਾਓ ਬਸ ਪਨੀਰੀ ਵਿੱਚ ਫੇਰ ਕੱਢ ਦਿਓ ਠੀਕ ਹੈ ਜੀ ਇਹ ਗੱਲ ਜੂਰੀ ਧਿਆਨ ਆ ਕਈ ਭਰ ਕੇ ਹੀ ਰੱਖਦੇ ਆ ਫਿਰ ਉਹ ਪਨੀਰੀ ਉੱਦ ਦਾ ਵੱਧਦਾ ਨਹੀਂ ਹੁੰਦਾ ਫਿਰ ਕਹਿੰਦੇ ਜੀ ਸਾਡੀ ਤਾਂ ਪਨੀਰੀ 30 ਦਿਨ ਦੀ ਹੋ ਗਈ ਵੀ ਲਾਉਣ ਵਾਲੀ ਹੋਈ ਨਹੀਂ ਪਾਣੀ ਜ਼ਿਆਦਾ ਲਾਉਣ ਨਾ ਹੁੰਦਾ ਜੀ ਇਹ ਠੀਕ ਆ ਛੋਟੀ ਪਨੀਰੀ ਜਿਹੜੀ ਛੋਟੀ ਪਨੀਰੀ ਆ ਉਸ ਸਮੇਂ ਕਦੇ ਵੀ ਜਿਹੜਾ ਜਿਹਾ ਛੋਟੀ ਪਨੀਰੀ ਹੁੰਦੀ ਉਹਨੂੰ ਦਿਨ ਚ ਪਾਣੀ ਨਹੀਂ ਲਾਉਣਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਤਾ ਫੂਕ ਦੂਗੀ ਪਨੀਰੀ ਨੂੰ ਗਰਮੀ ਪਹੋ ਪੈਣੀ ਸਿਰਫ ਸ਼ਾਮ ਨੂੰ ਪਾਣੀ ਜਦੋਂ ਪਨੀਰੀ 6-7 ਦਿਨ ਦੀ ਹੋ ਗਈ ਫਿਰ ਪਾਣੀ ਇੱਕ ਦਿਨ ਛੱਡ ਕੇ ਦੇਣਾ ਤੁਸੀਂ ਰੋਜ਼ ਇਹ ਨਹੀਂ ਪਾਣੀ ਨਾ ਭਰ ਕੇ ਰੱਖਣੀ ਤੁਸੀਂ ਦੇਖਿਓ ਇੱਕ ਦਿਨ ਕਿ ਜਿੱਥੇ ਭਾਰੀਆਂ ਜ਼ਮੀਨਾਂ ਉੱਥੇ ਦੋ ਦਿਨ ਛੱਡ ਕੇ ਲਾਇਓ ਪਾਣੀ ਪਨੀਰੀ ਐ ਜਾਊ ਵੱਧਦੀ ਡਾਂਗ ਮਰ ਗਈ ਮਿੰਟਾਂ 'ਚ ਠੀਕ ਹੈ ਜੀ ਪਾਣੀ ਨਾਲੇ ਆਪਾਂ ਪਨੀਰੀ ਨੂੰ ਖੜਾਉਨੇ ਆਂ ਜ਼ਿਆਦਾ ਪਾਣੀ ਦੇ ਦਿਓ ਪਾਣੀ ਨਾ ਭਾਵੇਂ ਤੇੜਾ ਫੜ ਜਾਣ ਦੋ ਤਿੰਨ ਬਾਅਦ ਦਿਨ ਬਾਅਦ ਦਿਓ ਪਾਣੀ 6-7 ਦਿਨ ਦੀ ਹੋ ਗਈ ਜਦੋਂ ਪਨੀਰੀ ਜਾਊ ਉੜਦੀ ਖਾਦਾਂ ਬੀਜਣ ਸਮੇਂ ਆ ਚਲੋ ਆਪਾਂ ਡੀਏਪ ਪਾਉਣਾ ਹੀ ਪਾਉਣਾ ਕਈ ਲੋਕ ਪਾਉਂਦੇ ਨਹੀਂ ਪਾਉਣਾ ਪੈਣਾ ਬਈ ਠੀਕ ਹੈ ਬਾਅਦ ਵਿੱਚ 10 12 ਦਿਨ ਦੀ ਪਨੀਰੀ ਨੂੰ ਯੂਰੀਆ ਥੋੜਾ ਜਿਹਾ ਸਲਫਰ ਜ਼ਿੰਕ ਪਾਉਣਾ ਠੀਕ ਹੈ ਪਾਣੀ ਆਪਣਾ ਲਾ ਦੇਣਾ ਪਾਣੀ ਛੱਡ ਦੇਣਾ ਜੇ ਪਾਦਣਾ ਸਮਾਨ ਇਹ ਜ਼ਰੂਰੀ ਹੈ ਉਸ ਤੋਂ ਬਾਅਦ ਇਨਸੈਕਟੀਸਾਈਡ ਜ਼ਰੂਰ ਪਾਉਣਾ ਜਿਹੜਾ ਤੇਲੇ ਵਾਲਾ ਕਿਉਂਕਿ ਹੁਣ ਪਿੱਛੇ ਜੇ ਵਾਇਰਸ ਰੋਗ ਆਇਆ ਸੀਗਾ ਉਹ ਆਪਾਂ ਉਹ ਹੁਣ ਤੇ ਧਿਆਨ ਦੇਣਾ ਪੈਣਾ ਇਹਨੂੰ ਜੇ ਆਪਾਂ ਨੂੰ ਤੇਲਾ ਪੈ ਗਿਆ ਨਾ ਤਾਂ ਫਿਰ ਵਾਇਰਸ ਰੋਗ ਫੇਰ ਆਊਗਾ ਇਸ ਲਈ ਕੋਈ ਵਧੀਆ ਇਨਸੈਕਟੀਸਾਈਡ ਪਾਉਣਾ ਠੀਕ ਹੈ ਜੀ ਇਹ ਜਾਪਦਾਨ ਪਾ ਦੋ ਠੀਕ ਹੈ ਜੀ ਪਦਾਨ ਪਾ ਦੋ ਵਧੀਆ ਗੱਲ ਰੀਜੈਂਟ ਪਦਾਨ ਜੋ ਵੀ ਹੈ ਹੁਣ ਛੇਤੀ ਪਨੀਰੀ ਤਿਆਰ ਕਰਨ ਦਾ ਇਹ ਕਿਹੜਾ ਪੂਰਾ ਨੁਕਤਾ ਉਹ ਹੈਗਾ ਹਰ 4-5 ਦਿਨ ਬਾਅਦ ਥੋੜਾ ਥੋੜਾ ਜੂਰੀਆ ਪਾਓ ਇਹ ਨਹੀਂ ਹੈਗਾ ਵੀ ਬਹੁਤਾ ਹੀ ਪਾ ਦੇਣਾ ਥੋੜਾ ਜਿਹਾ ਜਿਵੇਂ ਹੁਣ ਮੰਨ ਲਓ ਤੁਸੀਂ 10 ਮਰਲੇ ਪਨੀਰੀ ਬੀਜੀ ਹੈ ਨਾ 2 ਕਿਲੋ ਕਿਲੋਕ ਬਸ ਛੱਟਾ ਮਾਰ ਆ ਜਾਣਾ ਠੀਕ ਹੈ ਜੀ ਫੇਰ 4 ਦਿਨ ਬਾਅਦ ਆਉਣਾ ਫੇਰ ਛੱਟਾ ਮਾਰ ਦੇਣਾ ਪਨੀਰੀ 25 ਦਿਨ ਦੇ ਵਿੱਚ ਫੁੱਲ ਤਿਆਰ ਹੋਊਗੀ ਗਾਰੰਟੀ ਹੈ ਮੇਰੀ ਬਾਕੀ ਇਹ ਵੀ 25 ਤੋਂ 30 ਦਿਨ ਦੀ ਪਨੀਰੀ ਹੀ ਖੇਤ ਚ ਲਾਓ ਠੀਕ ਹੈ ਜੀ ਬਾਕੀ ਇੱਕ ਦੋ ਗੱਲਾਂ ਮੈਂ ਤੁਹਾਨੂੰ ਹੋਰ ਦੱਸਣੀਆਂ ਜੋ ਮੈਂ ਭੁੱਲ ਗਿਆ ਬਾਕੀ ਤੁਸੀਂ ਕਈ ਗੱਲਾਂ ਮੈਨੂੰ ਆਪਣੇ ਕਮੈਂਟਾਂ ਚ ਪੁੱਛ ਲਿਓ ਜ਼ਰੂਰੀ ਗੱਲਾਂ ਇਹ ਆ ਕਿ ਪਨੀਰੀ ਦਾ ਜਿਹੜਾ ਆਲਾ ਦਵਾਲਾ ਜਿਹੜਾ ਪਨੀਰੀ ਦਾ ਆਪਣਾ ਜਿਵੇਂ ਆ ਪਨੀਰੀ ਹੈ ਨਾ ਇਹਦੀਆਂ ਬੱਟਾਂ ਨਾ ਤੁਸੀਂ ਬਿਲਕੁਲ ਸਾਫ਼ ਰੱਖਣੇ ਨਦੀਨ ਨਹੀਂ ਉਗਣ ਦੇਣਾ ਜਮੇ ਇੱਥੋਂ ਹੀ ਬਿਮਾਰੀ ਤੁਹਾਡੀ ਪਨੀਰੀ ਦੇ ਖੇਤ ਚ ਆਊਗੀ ਪਨੀਰੀ ਪੱਟ ਕੇ ਤੁਸੀਂ ਉਹ ਖੇਤ ਚਲਾਤੀ ਉੱਥੇ ਵੀ ਜਾਉਗੀ ਇਹ ਜ਼ਰੂਰੀ ਧਿਆਨ ਰੱਖਣਾ ਠੀਕ ਹੈ ਜੀ ਬਾਕੀ ਜੇ ਕੋਈ ਗੱਲਾਂ ਰਹਿ ਗਈਆਂ ਕਿਉਂਕਿ ਗੱਲਾਂ ਰਹਿ ਜਾਣੀਆਂ ਕਿਉਂਕਿ ਬੰਦੇ ਨੂੰ ਜੋ ਹਨਾ ਆਪਣੀ ਨੋਲਿਜ ਹੁੰਦੀ ਉਹ ਨਹੀਂ ਲਿਖ ਸਕਦਾ ਜਾਂ ਨਹੀਂ ਦੱਸ ਸਕਦਾ ਉਹ ਯਾਦ ਕਰਾ ਦਿਓ ਠੀਕ ਹੈ ਜੀ ਇਹ ਜੇ ਹੋਰ ਕੋਈ ਗੱਲ ਪੁੱਛਣੀ ਆ ਨਾ ਕੋਈ ਜੀ ਮੈਂ ਵੀਡੀਓ ਦੇ ਵਿੱਚ ਫੰਗੀ ਸਾਈਡ ਬਾਰੇ ਗੱਲ ਕਰਨਾ ਭੁੱਲ ਗਿਆ ਤਾਂ ਇਹ ਜ਼ਰੂਰ ਪਾਉਣਾ ਜੀ ਫੰਗੀ ਸਾਈਡ ਤੁਸੀਂ ਇਹ ਤੁਸੀਂ ਜਦੋਂ ਸਲਫਰ ਜ਼ਿੰਕ ਜਾਂ ਜ ਕੁਝ ਪਾਉਣਾ ਚਾਹੇ ਇਹਦੇ ਬਾਅਦ ਤੋਂ ਪਾ ਦਿਓ ਜਾਂ ਪਹਿਲਾਂ ਫੰਗੀ ਸਾਈਡ ਜਿਵੇਂ ਕਾਰਬੋਨੇਟਿਜ਼ਮ ਆਉਂਦਾ ਠੀਕ ਹੈ ਜੀ ਸਾਫ਼ ਹੋ ਜਿਹੜੀ ਆਉਂਦੀ ਹੈ ਆਪਣੀ ਸਾਫ਼ ਫੰਗੀ ਸਾਈਡ ਜਾਂ ਕੋਈ ਹੋਰ ਵਧੀਆ ਫੰਗੀ ਸਾਈਡ ਜ਼ਰੂਰ ਪਾਇਓ ਇਹ ਜ਼ਰੂਰੀ ਹੈ ਜੜਾਂ ਲਈ ਵੀ ਵਧੀਆ ਇਹ ਜ਼ਰੂਰੀ ਗੱਲ ਹੈ ਮੈਂ ਵਿੱਚ ਭੁੱਲ ਗਿਆ ਸੀ ਕੋਈ ਖਾਦ ਬਾਰੇ ਪੁੱਛਣੀ ਜਾਂ ਹੋਰ ਕੋਈ ਦਵਾਈ ਬਾਰੇ ਪੁੱਛਣੀ ਹੈ ਨਾ ਤਾਂ ਉਹ ਜ਼ਰੂਰ ਕਮੈਂਟ ਕਰਿਓ ਇਹਨੂੰ ਆਪਣੇ ਸ਼ੇਅਰ ਕਰਿਓ ਕਿਉਂਕਿ ਝਾੜ ਇਹਦੇ ਤੇ ਡਿਪੈਂਡ ਕਰਦਾ ਪਨੀਰੀ ਤੇ ਹੋਰ ਕੋਈ ਗੱਲ ਤੇ ਡਿਪੈਂਡ ਨਹੀਂ ਕਰਦਾ ਠੀਕ ਆ ਜੀ ਧੰਨਵਾਦ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ